हैप्पी बर्थडे बीजी पन्नो बजिंदरे ओ माई ਫਿਰ ਮੌਕੇ ਤੇ ਕੰਮ ਕਰੀਦੇ ਸਾਰੇ ਬਰਾਈ ਭਾਬੀ ਨੇ ਨਾ ਸਦਾ ਸੰਗਾਈ ਜਾਂਦੇ ਹੈ ਹੋਰ ਮੌਕੇ ਤੇ ਕਿਲ ਗਾਇਸ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਪ ਕਿ ਸਾਰੇ ਗੈਟ ਹੋਗੇ ਤਾਂ ਮੈਂ ਵੀ ਗਿਆ ਹੋ ਗਿਆ ਗਾਇਸ ਕਿਦਾਂ ਠੀਕ ਠਾਕ ਨੇ ਤੇ ਅੱਜ ਹੈਗੀ ਆ 24 ਤਰੀਕ ਤੇ ਕੱਲ ਹੈਗਾ ਤਮਨੀਬ ਦਾ ਬਰਥਡੇ ਤੇ ਮੈਂ ਅੰਮ੍ਰਿਤਸਰ ਤੋਂ ਜਾ ਰਿਹਾ ਹਾਂ ਚੰਡੀਗੜ੍ਹ ਅਤੇ ਉੱਥੇ ਜਾ ਕੇ ਆਪਾਂ ਸੋਚਦੇ ਹਾਂ ਕਿ ਸਰਪ੍ਰਾਈਜ਼ ਕੀ ਦੇਣਾ ਪਿਛਲੀ ਵਾਰ ਤਾਂ ਜਾਣਾ ਫੈਮਲੀ ਨੂੰ ਦਿੱਤਾ ਹੋਇਆ ਸੋ ਗਾਈਸ ਇਹ ਅੱਜ ਥੋੜ੍ਹੀ ਯਾਰ ਕਿ ਥੋੜ੍ਹੀ ਫੈਮਲੀ ਥੋੜ੍ਹੀ ਬਿਜ਼ੀ ਆ ਅਤੇ ਸੋਚਣਾ ਮੈਂ ਤੁਹਾਡੇ ਕੀ ਸਰਪ੍ਰਾਈਜ਼ ਦੇਣਾ ਕੁਛ ਦਿਮਾਗ 'ਚ ਆ ਨਹੀਂ ਰਿਹਾ ਥੋੜ੍ਹੀ ਬਿਜ਼ੀ ਸੀ ਕਾਫੀ ਦੇਰਾਂ ਤੋਂ ਅਤੇ ਆਪਾਂ ਹੁਣ ਜਾ ਕੇ ਸੋਚਦੇ ਹਾਂ ਵੀ ਆਪਾਂ ਕੀ ਸਰਪ੍ਰਾਈਜ਼ ਦੇਣਾ ਅਤੇ ਟਾਈਮ ਪੂਰੇ ਟਾਈਮ ਵੱਜ ਗਿਆ ਤੁਹਾਨੂੰ ਵੇਖੀਏ ਪੂਰਾ 1 ਵੱਜ ਚੁੱਕਿਆ ਅਤੇ ਕੁਝ ਨਹੀਂ ਹਜੇ ਕੀਤਾ ਵੀ ਹੁਣ ਪਹਿਲਾਂ ਬੰਦੇ ਤੋਂ ਜਾ ਰਿਹਾ ਚੰਡੀਗੜ੍ਹ ਅਤੇ ਚੰਡੀਗੜ੍ਹ ਜਾ ਕੇ ਆਪਾਂ ਫਿਰ ਮਿਲਦੇ ਹਾਂ ਸਰਪ੍ਰਾਈਜ਼ ਕਿਸ਼ਾ ਨੂੰ ਸਟਾਰਟ ਕਰਦੇ ਹਾਂ ਲੋ ਗਾਈਸ ਆਪਾਂ ਪਹੁੰਚ ਚੁੱਕੇ ਹਾਂ ਮੋਹਾਲੀ ਆਪਣੇ ਫਲੈਟ ਅਤੇ ਹੁਣ ਆਪਾਂ ਉੱਥੇ ਜਾ ਕੇ ਤੁਹਾਨੂੰ ਦੱਸਦੇ ਹਾਂ ਆਪਾਂ ਕੀ ਸਰਪ੍ਰਾਈਜ਼ ਕਰਨਾ ਆਪਾਂ ਤਿਆਰ ਕਰਦੇ ਹਾਂ ਸਭ ਕੁਛ ਤਿਆਰ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਆਪ ਚੱਲਦੇ ਹਾਂ ਆਪਾਂ ਫਲੈਟ 'ਚ ਸਮਾਨ ਸੋਚ ਚੁੱਕੇ ਲਓ ਜੀ ਡਾਕਟਰ ਸਾਹਿਬ ਨੇ ਆਪਣਾ ਹੱਲ ਕਰਾਤਾ ਵਾ ਵੀ ਆਪਾਂ ਹੁਣ ਡੈਕੋਰੇਸ਼ਨ ਵਾਲਾ ਬੰਦਾ ਕਰ ਲਿਆ ਆਪਾਂ ਸਿਲੈਕਟ ਉਹਦੀ ਪਹਿਲਾਂ ਪੂਰੀ ਪ੍ਰੀਖਿਆ ਲਈ ਅਸੀਂ ਵੀ ਹਾਂ ਵੀ ਤੂੰ ਆਪਣੇ ਕਾਮਯਾਬ ਕਰ ਸਕਦਾ ਕੰਮ ਕਿ ਨਹੀਂ ਅਤੇ ਹੁਣ ਆਪਾਂ ਨੂੰ ਉਹਨੇ ਆ ਜਾਣਾ ਆਪਣੇ ਘੰਟੇ ਤੱਕ ਫਲੈਟ ਆਪਾਂ ਓਕੇ ਕਰਾ ਦੇਣੀ ਫਲੈਟ ਦੀ ਡੈਕੋਰੇਸ਼ਨ ਦਾ ਆਪਣਾ ਹੋ ਗਿਆ ਤੇ ਮੈਂ ਤੁਹਾਨੂੰ ਕਰਾ ਗਿਆ ਕੇਕ ਦਾ ਆਪਾਂ ਹੁਣ ਕੇਕ ਦਾ ਪਤਾ ਕਰਨ ਦੇ ਲਈ ਕੇਕ ਬਣਾਵਾਂਗੇ ਵਧੀਆ ਕੀ ਪਤਾ ਉਹਨੇ ਜੇ ਬਣਵਾ ਵੀ ਦੇਵੇ ਕੋਈ ਨਾ ਭਾਜੀ ਸਭ ਤੋਂ ਵੱਡੀ ਗੱਲ ਤੇ ਖੜੇ ਪੈਰ ਰੱਖਦੇ ਆ ਹਰੇਕ ਕੰਮ ਨਾ ਉਹ ਤੁਹਾਨੂੰ ਪਤਾ ਫਿਰ ਤੁਹਾਨੂੰ ਪਤਾ ਫਿਰ ਮੌਕੇ ਤੇ ਕੰਮ ਕਰੀਦੇ ਸਾਰੇ ਬਰਾਈ ਭਾਬੀ ਨੇ ਨਾ ਸਵਾਰੇ ਸਾਨੂੰ ਦਈ ਜਾਂਦੇ ਹੈ ਹੋਰ ਮੌਕੇ ਤੇ ਕਿੱਲ ਕੱਢੀ ਦੇ ਜਾਣਾ ਕੇਕ ਤੇ ਕਿੱਲ ਮੌਕੇ ਜੋ ਵੀ ਹੋਏ ਵਧੀਆ ਹੋਇਆ ਮੈਂ ਤੇ ਡੈਕੋਰੇਸ਼ਨ ਆਉਣ ਲੱਗਾ ਤੇ ਕੇਕ ਕੱਟਣਾ ਤੇ ਬਾਕੀ ਭਾਈ ਤੁਸੀਂ ਦਿਖਾ ਦਿਓ ਬਲੌਗ ਦੇ ਵਿੱਚ ਤੁਸੀਂ ਕੀ ਕਰਦੇ ਕੀ ਨਹੀਂ ਠੀਕ ਹੈ ਵੀਰ ਜੀ ਡਾਕਟਰ ਹੋਣੀ ਤਾਂ ਭੱਜ ਚੱਲੇ ਭਰਾ ਅੱਜ ਹਾਂ ਮੈਨੂੰ ਥੋੜਾ ਕੰਮ ਤਾਂ ਕਰਕੇ ਨਹੀਂ ਜਾਣਾ ਪੈਗਾ ਹੁਣ ਆਪਾਂ ਕੇਕ ਫਿਰ ਚੱਲੀਏ ਵੇਖਣ ਕੇਕ ਵੇਖ ਚੱਲਦੇ ਹਾਂ ਚਲੋ ਚੱਲੀਏ ਆਪਾਂ ਸ਼ਹਿਰ ਮਹਾਲੀ 'ਚ ਪੂਰੀ ਹੱਥ ਕਰਾਉਣੀ ਹੈ ਡਾਕਟਰ ਪ੍ਰਭ ਜੀ ਗਾਈਸ ਆਪਾਂ ਕੇਕ ਲੈ ਲਿਆ ਅਤੇ ਡਾਕਟਰ ਸਾਹਿਬ ਦੀ ਮਰਜ਼ੀ ਨਾਲ ਲਿਆ ਵੀ ਕਿਹੜਾ ਲੈਣਾ ਹੈ ਇੱਥੇ ਰੱਖ ਇੱਥੇ ਮਾਰਕੀਟ ਕਿਹੜੀ ਕਿਹੜੀ ਇੱਧਰ ਆਓ ਵੀਰ ਜੀ ਆਪਣੀ ਜਗ੍ਹਾ ਇੱਧਰ ਲੈ ਲਓ ਅੱਜ ਵਾਪਸ ਛੱਡੋ ਅੱਜ ਨਹੀਂ ਕਰਨਾ ਜੀ ਅੱਜ ਨਹੀਂ ਕਰਨਾ ਆ ਜਾਓ ਅੱਜ ਰਹਿਣ ਦਿਓ ਇਹ ਮੈਨੂੰ ਫੜਾ ਦਿਓ ਮੈਂ ਆਪਣੀ ਕਿੱਥੇ ਚੱਲੇ ਆਏ ਹਾਏ ਆਏ ਸਹੁਰੇ ਘਰੇ ਚੱਲਾਂ ਮੁੰਡਾ ਤਿਆਰ ਸ਼ਹਿਰ ਹੋ ਗਏ ਵਾਹ ਕੋਈ ਚੱਕਰ ਨਹੀਂ ਅੰਦਰ ਦਾ ਆਪਾਂ ਆਪੇ ਸ਼ੂਟ ਕਰ ਲੈਣਾ ਤੇ ਸਾਨੂੰ ਦਿਖਾਉਂਦੇ ਅੰਦਰ ਦਾ ਮਿੱਤਰ ਮੈਂ ਵੀ ਪਹਿਲਾਂ ਫਰਨੈਲੀ ਸਮਝੀ ਸੀ ਮੈਂ ਮਾਰੀ ਚ ਰੱਖ ਦੇ ਤੂੰ ਵੀ ਵੱਡਾ ਗਰੀਬ ਐ ਹਵਾ ਨਿਕਲਦੀ ਆ ਤੇ ਉਹ ਹਿੱਲਣਾ ਇੱਕੋ
खलारा पाना है सजावट करना है सजावट भी करना है बिलकुल बिलकुल जी बहुत सोहना काम किया भाजी उन्होंने बहुत सिंपल जी बहुत सोहनी डेकोरेशन लगती पी है चंगी तरह चद चुद साफ करती तो देखिए मित्रों अगे की बनाते भाजी बैड पर ओके मित्रों भाजी ने करता रेडी सारा रूम तो फुले फुल करते सोहना लगता भाजी ठीक है भाई तैयार करके ला दिए कुंडी जो तक भाजी नहीं आते नी थैंक यू भाजी बहुत बहुत धन्यवाद ठीक है जी तो सची बहुत सोहना वा तो बाकी मिलते हैं मित्रों ओके बाय बाय मित्रों पन्नू भाई का मैसेज आ गया कि 10 मिनट लगने हैं ठीक है तो आते होने तो बाकी देख सकते तो मित्रों तुम तो सो भी धोने लगे ने मित्रों केक रखा केक खोल जल्दी खोल के खोल लेंगे मेरा ब्लॉग भी होना फटके फिर दोनों पति कैमरे मूरे उंगल नहीं आनी चाहिए तेरी अच्छा महाराज हो चाहिए कर चाहिए प्रोफेसनल बंदे खोल सकते हैं ਵੀ ਪ੍ਰੋਫੈਸ਼ਨਲ ਹੀ ਹੈ ਥੋੜਾ ਬੋਤਾ ਅੱਛਾ ਜੀ ਬਾਕੀ ਪ੍ਰੋਫੈਸ਼ਨਲ ਤੂੰ ਆ ਨਾ ਹਾਂ ਬਹੁਤ ਸਾਰਾ ਚੰਗੀ ਗੱਲ ਮੈਨੂੰ ਤੂੰ ਲੈ ਜਾ ਕਿਤੇ ਦੂਰ ਮੇਰੇ ਆਹਾਣੀਆਂ ਮੈਨੂੰ ਤੂੰ ਉਹ ਯਾਰ ਆਹ ਸੀਨ ਕੱਟ ਦੇ ਵਿੱਚੋਂ ਠੀਕਾ ਓਕੇ ਸਰ ਏ ਏ ਏ ਏ ਮਿੱਤਰ ਫੜ ਜਾ ਠੀਕ ਹੈ ਠੀਕ ਹੈ ਹੋਰ ਪੰਨੂ ਜੀ ਹੋਰ ਭਾਬੀ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਮੈਂ ਹੁੰਦੀ ਨਹੀਂ ਉਹ ਭਾਬੀ ਸੱਚੀ ਤੁਸੀਂ ਨਹੀਂ ਕਰਨਾ ਕਿ ਰੁਕ ਕਿਉਂ ਬੋਲਦੇ ਹੋ ਲੜਾਈ ਹੋ ਰਹੀ ਇੱਕ ਮਿੰਟ ਮੈਨੂੰ ਸੁਣ ਲਈ ਮੈਨੂੰ ਹੈਪੀ ਟੂ ਯੂ ਹੈਪੀ ਬਰਥਡੇ ਭਾਬੀ ਜੀ ਪੰਨੂ ਬਜਿੰਦਰ ਓ ਮਾਈ ਗੋਡ ਅੰਬਰ ਸਰਵਾਲੇ ਪੰਨੂ ਬਜਿੰਦਰ ਜੀ ਤਬਲੀਨ ਜੀ ਪਟਿਆਲੇ ਵਾਲੇ ਹੈ